अच्छा जी मतु सादिक मोमिन भाई है मुझे लगता है कोई मतु सादिक हाँ जी मतु सादिक आवाज आ रही है मेरी हाँ जी ओह जावर आवाज रही है हाँ जी भाई बड़ी बड़ी मेहरबानी है जनाब सानू एजुकेट किया जे सानू भी नान मुस्लिम कर छड़िया जे अच्छा, अच्छा। हाँ क्या रहता है तो की हो की रहा आज हम्म हो की रहा ਦੋ ਐਕਸ ਤੋਂ ਨਹੀਂ ਦੋ ਐਕਸ ਮੁਸਲਮਾਨ ਹੋਏ ਤੀਸਰੇ ਭਾਈ ਆ ਗਏ ਨੇ ਤਾਂ ਆਪਕੋ ਕੀ ਲਗਾ ਭਈ ਕਿਉਂ ਸੀ ਅਸੀ ਬਾਤ ਆਪਨੇ ਸੁਣ ਲਈ ਗਿਆ ਆਪਨਾ ਆਪਕਾ ਈਮਾਨ ਉਡ ਗਿਆ ਉਹ ਮੈਂ ਜਦੋਂ ਤੁਸੀਂ ਆਂਦੇ ਸੋ ਭਈ ਕੁਰਾਨ ਪੜੋ ਕੁਰਾਨ ਪੜੋ ਤੇ ਸਾਡਾ ਮੇਰਾ ਤਾਂ ਮਤਲਬ ਗਲਤ ਸੀ ਨਾ ਪਾਕਿਸਤਾਨ ਚ ਉਹ ਇਨਵੋਰ ਮੁਸਲਮਾਨ ਹੋਇਆ ਸੀ ਤੋਂ ਉਹਨੇ ਸੰਦ ਦੱਸਿਆ ਸੀ ਵੀ ਜਾਨ ਬਚਾਣ ਵਾਸਤੇ ਅਸੀਂ ਮਤਲਬ ਮੈਂ ਕਲਮਾ ਪੜਿਆ ਸੀ ਤੇ ਤੁਹਾਨੂੰ ਬਚਾ ਲਿਆ ਤੇ ਖੋਦ ਵੀ ਬਚ ਗਿਆ ਉਨਮ ਅਮਰੀਕਾ ਉਹਨਾਂ ਤੇ ਪਾਕਿਸਤਾਨੀ ਹਾਂ ਮੈਂ ਵੈਸੇ ਅੱਛਾ ਤੇ ਐਸਾ ਬੇ ਮਤਲਬ ਕਿ ਪਾਕਿਸਤਾਨ ਚ ਜੋ ਮੇਰੇ ਪਿਓ ਦੱਸਿਆ ਸੀ ਮਨੂੰ ਭਾਈ ਮਤਲਬ ਜਾਨ ਜਾਨ ਵਾਸਤੇ ਨੇ ਕਲਮਾ ਪੜ੍ਹਾ ਸੀ ਤੇ ਨਾਲ ਸਾਰੀ ਫੈਮਿਲੀ ਨੂੰ ਬਚਾ ਲਿਆ ਸਾਸੂ ਐਸਾ ਸੀ ਅੱਛਾ ਤੇ ਕੀ ਆਖਾ ਜੇ ਨਹੀਂ ਮੈਂ ਕਿਹ ਐਂਜੀ ਹੁੰਦਾ ਨਾ ਸਾਰੇ ਮੁਸਲਮਾਨ ਐ ਹੀ ਸਮਝਦੇ ਨੇ ਕਿ ਅਸੀਂ ਬਚਾ ਲਏ ਆਪਣੀ ਆਨ ਵਾਲੀ ਨਸਲਾਂ ਨੂੰ ਕਿਉਂਕਿ ਅਸੀਂ ਕਲਮਾ ਪੜ੍ਹ ਲਿਆ ਨਹੀਂ ਤੇ ਅਸੀਂ ਕਾਫਰ ਕਾਫਰ ਹੀ ਰਹਿਣਾ ਸੀ ਹਾਂ ਤੇ ਨਾਲੇ ਇੱਕ ਦੱਸੋ ਇੱਥੇ ਇੱਕ ਅਮਰੀਕਾ ਚ ਇੱਕ ਮਿਸ਼ਨ ਐ ਨਾ ਕ੍ਰਿਸਚੀਅਨਾਂ ਨੇ ਸਟਾਰਟ ਕੀਤੀ ਏ ਇਹ ਇਹ ਹਿੰਦੂਆਂ ਨੇ ਵੀ ਤੇ ਮੈਂ ਵੀ ਇਹਦੀ ਸਟੱਡੀ ਕਰ ਰਿਹਾ ਹਾਂ ਇਹ ਸਾਇੰਸ ਨੂੰ ਵੀ ਤੇ ਮਜ਼ਬ ਨੂੰ ਕੱਠਿਆਂ ਕਰ ਰਹੇ ਨੇ ਇੱਥੇ ਅਮਰੀਕਾ 'ਚ ਤੇ ਨਾਲੇ ਇਹਦੇ ਵਿੱਚ ਇਹ ਨਾ ਦੂਜਿਆਂ ਨੇ ਵੀ ਇਕੱਠਿਆਂ ਕਰ ਰਹੇ ਨੇ ਇਹ ਦੁਆ ਨੂੰ ਸਿੱਖਾਂ ਨੂੰ ਮੁਸਲਮ ਔਰ ਵੀ ਬਹੁਤ سارے ਮਜ਼ਬ ਨੇ ਨਾ ਅਮਰੀਕਾ 'ਚ ਤੇ ਸਾਰਿਆਂ ਨੂੰ ਆਦੇ ਨੇ ਖੁਦਾ ਸਾਰਿਆਂ ਦਾ ਇੱਕ ਹੀ ਹੈ ਤੇ ਇਹ ਕੱਟਰਪੁਣਾ ਨਹੀਂ ਹੋਣਾ ਚਾਹੀਦਾ ਕਿ ਜ਼ਬਰਦਸਤੀ ਨਹੀਂ ਕਿਸੇ ਨਾ ਜਿਵੇਂ ਅਮਰੀਕਾ 'ਚ ਨਾ ਇਸ ਤਰ੍ਹਾਂ ਮਤਲਬ ਲੋਕ ਰਹਿਣ ਇਹ ਇਹ ਜਿਹੜੇ ਨੇ ਇਹ ਐਥੀਇਸਟ ਨੂੰ ਵੀ ਮਤਲਬ ਕਿ ਐਕਸੈਪਟ ਕਰਦੇ ਨੇ ਸਮਝ ਆ ਗਈ ਜੇ ਤੇ ਉਹ ਤੇ ਨਾਲ ਇਹਨਾਂ ਦੇ ਨਾਲ ਮੁਸਲਮਾਨ ਵੀ ਬੜੇ ਨੇ ਹਿੰਦੂ ਵੀ ਸਿੱਖ ਵੀ ਤੇ ਔਰ ਜਿੰਨਾ ਜਿੰਨਾ ਵੀ ਮਜ਼ਬ ਨਾ ਸਾਰਿਆਂ ਨੂੰ ਮਤਲਬ ਇਹ ਕਿ ਐਕਸੈਪਟ ਕਰਦੇ ਨੇ ਸਮਝ ਆ ਗਈ ਜਿੱਤੇ ਇਹ ਮਨ ਨੂੰ ਇੰਟਰਸਟ ਲੱਗਾ ਕਿ ਮਤਲਬ ਕਿ ਇਨਸਾਨ ਜਿਹੜੇ ਨੇ ਨਾ ਇਹਨਾਂ ਮਤਲਬ ਇਨਸਾਨ ਪਹਿਲਾ ਮਜ਼ਬ ਬਾਅਦ ਦੀ ਗੱਲ ਹੈ ਕੀ ਖਿਆਲ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਨਹੀਂ ਨਹੀਂ ਲੇਕਿਨ ਠੀਕ ਹੈ ਲੇਕਿਨ ਉਹਦੇ ਵਾਸਤੇ ਤੁਹਾਨੂੰ ਗਰੂਪਿੰਗ ਕਰਨ ਦੀ ਕੀ ਜ਼ਰੂਰਤ ਹੈ

ਇਹ ਇਹ ਮਤਲਬ ਹੈ ਖੁਦਾ ਸਿਰਫ ਇੱਕ ਸਿਰਫ ਖੁਦਾ ਨੂੰ ਮੰਨਦੇ ਨੇ ਇੱਕ ਕ੍ਰਿਸਚੀਅਨ ਖੁਦਾ ਨੂੰ ਮੰਨਦੇ ਨੇ ਸਮਝ ਆ ਗਈ ਜੇ ਨਹੀਂ ਤਾਂ ਕਿਉਂ ਕਿਉਂ ਕ੍ਰਿਸਚੀਅਨ ਖੁਦਾ ਕਿਉਂ ਕ੍ਰਿਸਚੀਅਨ ਖੁਦਾ ਨੇ ਕਿਹੜੇ ਕਿਹੜੇ ਉਹਨੇ ਕੰਮ ਕੀਤੇ ਨੇ ਓਏ ਇਹ ਇਹ ਆਂਦੇ ਨੇ ਕਿ ਇਹ ਜਿਹੜੇ ਮਸੀਹ ਯਸੂ ਨੇ ਦੁਬਾਰਾ ਆਉਣਾ ਹੈ ਨਾ ਇਹ ਆਂਦੇ ਇਹ ਇਹ ਆਂਦੇ ਨੇ ਕਿ ਮਸੀਹ ਯਸੂ ਦੁਬਾਰਾ ਆ ਰਿਹਾ ਤਾਂ ਉਹਨੇ ਅਮਰੀਕਾ ਚ ਆਉਣਾ ਹੈ ਸਮਝ ਆ ਗਈ ਜ ਤੇ ਆ ਪਾਗਲ ਹੈ ਇਹ ਉਹ ਵੀ ਪਾਗਲ ਹੈ ਇਹ ਦੂਰ ਹੀ ਰਹਿਣਾ ਉਹਨਾਂ ਕੋਲ ਉਹ ਪਾਗਲੇ ਇਹੀ ਕਹਿੰਦੇ ਨੇ ਕਿ ਯਸੂ ਮਸੀਹ ਨੇ ਆਣਾ ਦੁਬਾਰਾ ਉਹ ਪਾਗਲੇ ਹੈ ਕੋਈ ਯਸੂ ਮਸੀਹ ਆਣਾ ਆਣਾ ਵੀ ਅਮਰੀਕਾ ਵਿੱਚ ਆ ਨਹੀਂ ਉਹ ਉਹ ਆਂਦੇ ਉਹ ਆਉਣਾ ਆਉਣਾ ਇੱਕ ਕ੍ਰਿਸਚੀਅਨ ਮੁਲਕਾਂ 'ਚ ਹੈ ਮੁਸਲਮਾਨ ਕਾਂਜ ਨਹੀਂ ਆਉਣਾ ਨੇ ਕ੍ਰਿਸਚੀਅਨ ਮੁਲਕਾਂ 'ਚ ਆਉਣਾ ਹੈ ਤਾਂ ਉਹ ਖੁਦਾ ਦੀ ਬਾਦਸ਼ਾਹੀ ਉਹ ਇਹ ਆਂਦੇ ਨੇ ਕਿ ਮਸੀਹ ਹੈ ਉਹ ਗੱਪਾਂ ਮਾਰਦੇ ਨੇ ਉਹ ਗੱਪਾਂ ਮਾਰਣ ਦੇ ਨੇ ਕੋਈ ਨਹੀਂ ਕੋਈ ਮਸੀਹ ਨਹੀਂ ਆਣਾ ਤੇ ਕੋਈ ਮਸੀਹ ਨਹੀਂ ਸੀਗਾ ਗੱਪਾਂ ਹੈਗੀਆਂ ਨੇ ਕੋਈ ਰੋਲਾ ਹੈ ਸੱਚ ਨਹੀਂ ਹੈਗਾ ਛੱਡੋ ਇਹਨਾਂ ਨੂੰ ਅਨੇ ਮੈਂ ਮਤਲਬ ਇਹ ਮੈਨੂੰ ਇੰਟਰਸਟ ਲੱਗਾ ਮੈਂ ਇਹ ਇਹਨਾਂ ਦੀ ਪੜਾਈ ਵੈਸੇ ਕਰ ਰਿਹਾ ਇਹ ਮਤਲਬ ਦੁਨੀਆ ਚ ਅਮਨ ਲਿਆਉਣਾ ਚਾਹੁੰਦੇ ਨੇ ਸਮਝ ਆ ਗਈ ਜੇ ਅਮਨ ਸਾਰੇ ਹੀ ਲਿਆਉਣਾ ਚਾਹੁੰਦੇ ਨੇ ਸਾਰੇ ਇਹੀ ਕਹਿੰਦੇ ਨੇ ਕਿ ਅਸੀਂ ਅਮਨ ਲਿਆਉਣਾ ਚਾਹੁੰਦੇ ਹਾਂ ਹੁੰਦਾ ਕੁਝ ਨਹੀਂ ਹੈ ਜਦੋਂ ਜਦ ਉਸकी بیس ਹੀ ਝੂਠਾ ਜਦ ਉਸकी بیس का, ए, दी दी ए, हुँ। हुँ। का कोई सबूत ਨਹੀਂ ਹੈ ਯਸੂ ਮਸੀ کہاں سے ਆ ਗਿਆ ਭਈ ਕੀ ਸਬੂਤ ਹੈ ਯਸੂ ਮਸੀ ਦਾ ਇਹ ਕਹਾਣੀਆਂ ਸਾਰੀ ਤਾਂ ਚਲ ਠੀਕ ਹੈ ਮੈਨੂੰ ਵੈਸੇ ਇਹ ਮੈਂ ਇੱਕ ਗੱਲ ਹੋਰ ਕਰਨੀ ਸੀ ਕਿ ਚਲੋ ਠੀਕ ਹੈ ਤੁਸਾਂ ਮਤਲਬ ਹੈ ਆਪਣਾ ਸਲਾਹ ਦਿੱਤੀ ਇਹ ਮੈਂ ਮਤਲਬ ਹੈ ਨਾ ਇੱਥੇ ਅਮਰੀਕਾ ਚ ਨਾ ਉੱਥੇ ਪਾਕਿਸਤਾਨ ਚ ਕਿਸੇ ਨੂੰ ਵੜਨ ਨਹੀਂ ਦਿੰਦੇ ਇੱਥੇ ਹੋਰ ਵੀ ਬਤੇ ਮਤਲਬ ਬਹੁਤ ਸਾਰੀ ਕੀ ਉਹਦਾ ਨਾ ਹੈ ਨਾ ਖੁੱਲੇ ਸਾਹ ਬੁਲਕੇ ਨੇ ਨਾ ਆਜ਼ਾਦ ਮੂਲਕੇ ਆਜ਼ਾਦ ਮੂਲਕੇ ਤੁਸੀਂ ਕੋਈ ਵੀ ਮਜ਼ਹਬ ਦੀ ਪ੍ਰਚਾਰ ਕਰ ਸਕਦੇ ਹੋ ਠੀਕ ਹੈ ਲੇਕਿਨ ਇਹਦਾ ਮਤਲਬ ਹੈ ਨਹੀਂ ਕਿ ਉਹ ਮਜ਼ਹਬ ਸੱਚ ਹੈਗੇ ਨੇ ਚਲੋ ਬਹੁਤ ਸ਼ੁਕਰੀਆ ਥੈਂਕ ਯੂ ਓਕੇ ਖੁਦਾ হাফেজ ਬੜੀ ਬੜੀ ਮਿਹਰਬਾਨੀ ਹੈ ਜਨਾਬ ਮੈਨੂੰ ਨਾਨ ਮੁਸਲਮ ਕੀਤਾ ਜਾਏ ਤੇ ਬਸ ਲੇਕਿਨ ਨਾਨ ਮੁਸਲਮ ਹੋ ਕੇ ਆਪ ਕ੍ਰਿਸਚੀਅਨ ਨਾ ਬਣ ਜਾਣਾ ਆਪ ਠੀਕ ਹੈ ਨਹੀਂ ਮੈਂ ਮੈਂ ਮਤਲਬ ਮੈਂ ਕੋਸ਼ਿਸ਼ ਕਰਨਾ ਕਿ ਸਾਰਿਆਂ ਨੂੰ ਇਕੱਠਿਆਂ ਕਰਨ ਦੀ ਸਮਝ ਆ ਗਈ ਜਿਵੇਂ ਅਸੀਂ ਜਿਵੇਂ ਅਸੀਂ ਇਥੀਇਸਟ ਵੀ ਰਹਿ ਸਕਨੇ ਆ ਅਮਰੀਕਾ ਚ ਇਥੀਇਸਟ ਵੀ ਰਹਿ ਸਕਨੇ ਆ ਦੂ ਵੀ ਸਿੱਖ ਵੀ ਕ੍ਰਿਸਚੀਅਨ ਵੀ ਇਹ ਆਂਦੇ ਨੇ ਕਿ ਸਾਰੀ ਦੁਨੀਆ ਚ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਇਨਸਾਫ ਦਾ ਮਤਲਬ ਕੀ ਖਿਆਲ ਹੈ हां ऐसा ही होना चाहिए लेकिन उसके ऊपर ये कोई यसू मसीह नहीं होना चाहिए हां ये ठीक है वो 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 मानदे ने आंदे ने अगर ਤੁਸੀਂ ਇਥੇ ਐਸਟੀ ਵੀ ਨਾ ਸਾਨੂੰ ਕੋਈ ਮਸਲਾ ਨਹੀਂ ਲੇਕਨ ਅਮਨ ਹੋਣਾ ਚਾਹੀਦਾ ਤੇ ਪਿਆਰ ਮੁਹਬਤ ਨਾ ਰਹਿਣਾ ਚਾਹੀਦਾ ਕੀ ਖਿਆਲ ਹੈ हां सही है लेकिन लेकिन ये है। जो है ना ये ये सेकुलर वैल्यूज हैं इसका क्रिश्चियनिटी से कोई تعلق ਨਹੀਂ ਹੈ ये सेकुलर वैल्यू है ये इसको एदर ਨਾਯ ਯੂਨੀਵਰਸਲ ਪੀਸ ਫੈਡਰੇਸ਼ਨ ਉਹ ਲੇਕਿਨ ਉਹਨਾਂ ਨੇ ਨਹੀਂ ਉਹਨਾਂ ਨੇ ਵੈਲਿਊ ਸੈਕੂਲਰ ਰੱਖੀ ਹੈ ਨਾ ਔਰ ਸੈਕੂਲਰ ਔਰ 크ਰਿਸਚੀਅਨ ਆਪਣੇ ਆਪ ਨੂੰ ਕਹਿੰਦੇ ਤੇ ਹੈਗੇ ਨੇ ਲੇਕਿਨ ਉਹਨਾਂ ਦੀ ਵੈਲਿਊਜ਼ ਐਸ ਸੈਕੂਲਰ ਵੈਲਿਊਜ਼ ਹੈਗੇ ਚਲੋ ਬਹੁਤ ਸ਼ੁਕਰੀਆ ਨਹੀਂ ਨਹੀਂ ਇਹ ਇਹ ਤੇ ਜਿਹੜਾ ਮੁਸਲਮਾਨ ਆਉਂਦੇ ਨੇ ਜਾਂ ਸਿੱਖ ਆਉਂਦੇ ਨੇ ਜਾਂ ਹਿੰਦੂ ਆਉਂਦੇ ਨੇ ਤਾਂ ਉਹਨਾਂ ਨੂੰ ਇਹ ਨਹੀਂ ਆ ਜ਼ਬਰਦਸਤੀ ਨਹੀਂ ਆਉਂਦੇ ਵੀ ਤੁਸੀਂ ਸਾਡੇ ਮਿਸ਼ਨ ਚਾ ਠੀਕ ਹੈ ਹਾਂ ਪਤਾ ਠੀਕ ਹੈ ਓਕੇ ਥੈਂਕ ਯੂ ਮੇਰੇ ਇਸ ਨੇਕ ਕੰਮ ਨੂੰ ਜਾਰੀ ਰੱਖਣੇ ਲਈ ਮੈਨੂੰ ਪੇਪਲ ਜਾਂ ਪੈਟ੍ਰਿਓਨ ਤੇ ਜ਼ਰੂਰ ਸਪੋਰਟ ਕੀਜੀਏ ਤਾਂ ਕਿ ਮੈਂ ਆਪਣਾ ਪੈਗਾਮ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕੂ